ਗੁੱਡ ਮਾਰਨਿੰਗ ਟੂ ਆਲ ਆਫ ਯੂ ਟੂਡੇਜ਼ ਥਾਟ ਇਜ਼ ਆਲ आवर ਡਰੀਮਸ ਕੈਨ ਕਮ ਟ्रू ਇਫ ਵੀ ਹੈਵ ਦਾ ਕਰੇਜ ਟੂ ਪਰਸਿਊ ਥੈਮ ਸਾਡੇ ਸਾਰੇ ਸੁਪਨੇ ਸੱਚ ਹੋ ਸਕਦੇ ਨੇ ਜੇ ਉਹਨਾਂ ਨੂੰ ਪੂਰਾ ਕਰਨ ਲਈ ਸਾਡੇ ਵਿੱਚ ਹੌਸਲਾ ਹੋਵੇ ਕੁਝ ਵੀ ਅਸੰਭਵ ਨਹੀਂ ਸਾਡਾ ਹਰ ਸੁਪਨਾ ਪੂਰਾ ਹੋ ਸਕਦਾ ਹੈ ਜੇਕਰ ਅਸੀਂ ਕਦੇ ਹਾਰ ਨਾ ਮੰਨੀਏ ਅਸਫਲ ਹੋਣ ਤੋਂ ਬਾਅਦ ਵੀ ਮਿਹਨਤ ਕਰਦੇ ਰਹਿਣ ਨਾਲ ਹਰ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਵਿੱਚ ਹੌਸਲਾ ਹੈ ਮਿਹਨਤ ਕਰਨ ਦਾ ਜਜ਼ਬਾ ਹੈ ਤਾਂ ਕੋਈ ਵੀ ਸੁਪਨਾ ਕਦੇ ਅਧੂਰਾ ਰਹਿ ਹੀ ਨਹੀਂ ਸਕਦਾ ਆਪਣੇ ਅੰਦਰ ਨੂੰ ਸੁਣੋ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖੋ ਇਹ ਸੋਚੋ ਕਿ ਮੇਰੇ ਲਈ ਕੁਝ ਵੀ ਔਖਾ ਨਹੀਂ ਇਹ ਕੰਮ ਤਾਂ ਮੇਰੇ ਅੱਗੇ ਕੁਝ ਵੀ ਨਹੀਂ ਹਾਰ ਵੀ ਜਾਂਦੇ ਹੋ ਤਾਂ ਅੱਗੇ ਵਧਣ ਦੀ ਹਿੰਮਤ ਰੱਖੋ ਫਿਰ ਤੋਂ ਸ਼ੁਰੂ ਕਰੋ ਅੱਗੇ ਵੱਲ ਜਾਓਗੇ ਪਿੱਛੇ ਨਹੀਂ ਹਾਰਨ ਤੋਂ ਬਾਅਦ ਉਦਾਸ ਨਾ ਹੋਵੋ ਸਗੋਂ ਹਾਰ ਕਿੰਨਾ ਕਾਰਨਾ ਕਰਕੇ ਹੋਈ ਕਾਰਨ ਲੱਭੋ ਤੇ ਉਹਨਾਂ ਕਮੀਆਂ ਨੂੰ ਦੂਰ ਕਰੋ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਉਹਦੇ ਲਈ ਯੋਜਨਾ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਯੋਜਨਾ ਤੋਂ ਬਿਨਾ ਤੁਸੀਂ ਉਸ ਮੁਸਾਫਿਰ ਵਰਗੇ ਹੋਵੋਗੇ ਜੋ ਸਫ਼ਰ ਲਈ ਤਾਂ ਘਰੋਂ ਤੁਰ ਪਿਆ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਨੇ ਪਹੁੰਚਣਾ ਕਿੱਥੇ ਹੈ ਦੁਨੀਆ ਦੇ ਮਹਾਨ ਲੋਕ ਇੱਕ ਵਾਰੀ 'ਚ ਕਦੇ ਵੀ ਕਾਮਯਾਬ ਨਹੀਂ ਹੋਏ ਉਹਨਾਂ ਤੋਂ ਵੀ ਬਾਰ-ਬਾਰ ਅਨੇਕਾਂ ਹੀ ਗਲਤੀਆਂ ਹੋਈਆਂ ਉਹਨਾਂ ਨੇ ਗਲਤੀਆਂ ਤੋਂ ਸਿੱਖਿਆ ਤੇ ਅੱਗੇ ਵਧੇ ਤਾਹੀਂ ਅੱਜ ਦੁਨੀਆ ਵਿੱਚ ਉਹਨਾਂ ਦਾ ਨਾਮ ਹੈ ਸੋ ਮਿਹਨਤ ਕਰੋ ਵੱਧ ਤੋਂ ਵੱਧ ਮਿਹਨਤ ਕਰੋ ਇੱਕ ਦਿਨ ਮੰਜ਼ਲ ਤੁਹਾਡੇ ਕਦਮਾਂ 'ਚ ਹੋਵੇਗੀ ਧੰਨਵਾਦ